ਤਿਸ ਬਿਨ ਦੂਸਰ ਅਵਰ ਨਿਰੰਕਾਰ ਕੋ ਦੇਖ ਅਮਰ ਅਜਰ ਭਰਪੂਰ ਗੁਰ ਕਟ ਕਟ ਮਾਹੇ ਸੁਲੇਖ ਨਿਰੰਕਾਰ ਸਦ ਸਦੀਵ ਸੋਏ ਸਾਹਿਬ ਸਰਬ ਵਿਸ਼ੇਸ਼ ਸ਼ਰਧਾ ਸੇ ਪ੍ਰੀਤਮ ਮਿਲੇ ਪਾਵਤ ਸਰਬ ਹੀ ਪੇਖ ਤਾਪਤ ਪੇ ਮਨ ਮਾਰ ਕੇ ਖੋਤ ਜਾਤ ਹੈ ਸ਼ੀਬ ਉਦਾਸ ਰਹੇ ਸੰਸਾਰ ਮੇਂ ਬਹੁ ਬੇਅੰਤ ਹੀ ਜੀਵ ਆਤਮ ਦੇਰ ਬਸਾਇਆ ਹਿਰਦੇ ਮੇਂ ਕਰ ਵਾਸ ਜਗ ਮੇਂ ਆਇਆ ਸਫਲ ਹੈ ਕਹਿਤ ਪਿਓ ਰਵਿਦਾਸ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦਾ ਸਿਮਰਨ ਕਰਕੇ ਮੂਲਕ ਜਨਮ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤਿਸ ਬਿਨ ਦੂਸਰ ਅਵਰ ਨਿਰੰਕਾਰ ਕੋ ਦੇਖ ਅਮਰ ਅਜਰ ਭਰਪੂਰ ਗੁਰ ਕਟ ਕਟ ਮਾਹੇ ਸੁਲੇਖ ਤਿਸ ਬਿਨ ਦੂਸਰ ਅਵਰਨਾ ਨਿਰੰਕਾਰ ਕੋ ਦੇਖ ਹੇ ਜੀਵ ਪ੍ਰਭੂ ਨਿਰੰਕਾਰ ਤੋਂ ਬਿਨਾਂ ਇਸ ਸੰਸਾਰ ਵਿੱਚ ਦੂਜਾ ਹੋਰ ਕੋਈ ਨਹੀਂ ਹੈ। ਇਸ ਲਈ ਭਾਈ ਤੂੰ ਉਸ ਪ੍ਰਭੂ ਦਾ ਸਵਾਸ ਸਵਾਸ ਸਿਮਰਨ ਕਰ ਕਿਉਂਕਿ ਉਹ ਪ੍ਰਭੂ ਹੀ ਸੰਸਾਰ ਦੇ ਕਣ ਕਣ ਵਿੱਚ ਬਿਰਾਜਮਾਨ ਹੈ। ਅਮਰ ਅਜਰ ਭਰਪੂਰ ਗੁਰ ਘਟ ਘਟ ਮਾਹੇ ਸੁਲੇਖ ਜੋ ਪ੍ਰਭੂ ਹੈ ਅਮਰ ਹੈ ਕਦੀ ਬੁੱਢਾ ਨਹੀਂ ਹੁੰਦਾ ਔਰ ਘਟ ਘਟ ਵਿੱਚ ਬਿਰਾਜਮਾਨ ਹੈ ਐਸਾ ਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਇਸ ਲਈ ਭਾਈ ਤੂੰ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਪ੍ਰਭੂ ਦਾ ਸਿਮਰਨ ਕਰ। ਨਿਰੰਕਾਰ ਸਦ ਸਦੀਵ ਸੋਏ ਸਾਹਿਬ ਸਰਬ ਵਿਸ਼ੇਸ਼ ਸ਼ਰਧਾ ਸੇ ਪ੍ਰੀਤਮ ਮਿਲੇ ਪਾਵਤ ਸਰਬ ਹੀ ਪੇਖ ਨਿਰੰਕਾਰ ਸਦ ਸਦੀਵ ਸੋਏ ਸਾਹਿਬ ਸਰਬ ਵਿਸ਼ੇਸ਼ ਪ੍ਰਭੂ ਨਿਰੰਕਾਰ ਆਕਾਰ ਤੋਂ ਰਹਿਤ ਹੈ ਹਮੇਸ਼ਾ ਰਹਿਣ ਵਾਲਾ ਹੈ ਅਤੇ ਘਟ ਘਟ ਵਿੱਚ ਬਿਰਾਜਮਾਨ ਹੈ ਅਤੇ ਪ੍ਰਭੂ ਸਾਰੇ ਸੰਸਾਰ ਤੋਂ ਵਿਲੱਖਣ ਹੈ। ਸਰਧਾ ਸੇ ਪ੍ਰੀਤਮ ਮਿਲੇ ਪਾਵਤ ਸਰਬ ਹੀ ਭੇਖ ਸ਼ਰਧਾ ਭਾਵਨਾ ਨਾਲ ਪ੍ਰਭੂ ਪ੍ਰੀਤਮ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੀਵ ਸਾਰੇ ਭੇਖਾਂ ਨੂੰ ਪਾ ਲੈਂਦਾ ਹੈ ਭਾਵ ਸਾਰੇ ਭੇਦਾਂ ਨੂੰ ਪਾ ਲੈਂਦਾ ਹੈ। ਇਸ ਲਈ ਜੋ ਸ਼ਰਧਾ ਭਾਵਨਾ ਨਾਲ ਪ੍ਰਭੂ ਦਾ ਸਿਮਰਨ ਕਰਦਾ ਹੈ ਪ੍ਰਭੂ ਪ੍ਰੀਤਮ ਦੀ ਜੀਵ ਨੂੰ ਪ੍ਰਾਪਤੀ ਹੋ ਜਾਂਦੀ ਹੈ ਔਰ ਜੀਵ ਸਰਵ ਵਿਆਪਕ ਪ੍ਰਭੂ ਦੇ ਜਾਣਨ ਦੇ ਭੇਦ ਨੂੰ ਪਾ ਲੈਂਦਾ ਹੈ।
ਕਿ ਉਸ ਪ੍ਰਭੂ ਦੀ ਪ੍ਰਾਪਤੀ ਕੇਵਲ ਸ਼ਰਧਾ ਭਾਵਨਾ ਨਾਲ ਹੋਣੀ ਹੈ। ਤਾਪ ਤਪੇ ਮਨ ਮਾਰ ਕੇ ਹੋਤ ਜਾਤ ਹੈ ਸੀਵ ਉਦਾਸ ਰਹੇ ਸੰਸਾਰ ਮੇਂ ਬਹੁ ਬੇਅੰਤ ਹੀ ਜੀਵ। ਤਾਪ ਤਪੇ ਮਨ ਮਾਰ ਕੇ ਹੋਤ ਜਾਤ ਹੈ ਜੀਵ। ਜੋ ਜੀਵ ਮਨ ਨੂੰ ਮਾਰ ਕੇ ਪਰਮਾਤਮਾ ਦਾ ਨਾਮ ਜਪਣ ਰੂਪੀ ਸਿਹ ਤਪ ਕਰਦਾ ਹੈ ਉਸ ਜੀਵ ਦੀ ਕਲਿਆਣ ਹੋ ਜਾਂਦੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਉਦਾਸ ਰਹੇ ਸੰਸਾਰ ਮੇਂ ਬਹੁ ਬੇਅੰਤ ਹੀ ਜੀਵ। ਜੋ ਜੀਵ ਸੰਸਾਰ 'ਚ ਰਹਿੰਦਾ ਹੋਇਆ ਸੰਸਾਰ ਤੋਂ ਉਪਰਾਮ ਰਹਿੰਦਾ ਹੈ ਔਰ ਬੇਅੰਤ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਜੀਵ ਦਾ ਮੂਲਕ ਜਨਮ ਸਫਲ ਹੋ ਜਾਂਦਾ ਹੈ। ਆਤਮ ਦੇਰ ਬਸਾਇਆ ਹਿਰਦੇ ਮੇਂ ਕਰ ਵਾਸ ਜਗ ਮੇਂ ਆਇਆ ਸਫਲ ਹੈ ਕਹਿਤ ਪਿਓ ਰਵਿਦਾਸ। ਆਤਮ ਦੇਰ ਬਸਾਇਆ ਹਿਰਦੇ ਮੇਂ ਕਰ ਵਾਸ। ਜੋ ਜੀਵ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਜੀਵ ਪ੍ਰਭੂ ਦੇ ਆਤਮਕ ਆਨੰਦ ਦਾ ਅਨੁਭਵ ਕਰਦਾ ਹੈ। ਜਗ ਮੇਂ ਆਇਆ ਸਫਲ ਹੈ ਕਹਿਤ ਪੈ ਰਵਿਦਾਸ। ਸਤਿਗੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਸ ਜੀਵ ਦਾ ਇਸ ਸੰਸਾਰ 'ਚ ਆਉਣਾ ਸਫਲ ਹੁੰਦਾ ਹੈ ਜੋ ਜੀਵ ਪਰਮਾਤਮਾ ਦਾ ਸਿਮਰਨ ਕਰਕੇ ਪਰਮਾਤਮਾ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾ ਹੈ ਉਸ ਜੀਵ ਦਾ ਮੂਲਕ ਜਨਮ ਸਫਲ ਹੋ ਜਾਂਦਾ ਹੈ। ਜੈ ਗੁਰੂ।